ਭੈਣਾਂ ਦਾ ਹੋਇਆ ਰੱਖੜੀ ਵਾਲਾ ਗੁੱਟ ਸੁਣਨਾ। ਪਿੰਡ ਰੁੜਕਾ ਕਲਾਂ ਵਿੱਚ ਬਣਿਆ ਸਨਸਨੀ ਦਾ ਮਾਹੌਲ। ਅਜਿਹਾ ਮਾਮਲਾ ਸਾਹਮਣੇ ਆਇਆ ਗੁਰਾਇਆ ਥਾਣਾ ਅਧੀਨ ਪਿੰਡ ਪੈਂਦਾ ਰੁੜਕਾ ਕਲਾਂ ਦਾ, ਜਿੱਥੇ ਕਿ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨਗਰ ਨਿਵਾਸੀਆਂ ਨੇ ਦੱਸਿਆ ਕਿ ਬੜੇ ਹੀ ਦੁੱਖ ਦਰਦ ਦਾ ਸਮਾਚਾਰ ਹੈ ਕਿ ਇੱਕ ਬੱਚਾ ਜਿਸ ਦਾ ਨਾਮ ਗੌਰਵ ਰੌਲੀ ਐਸ.ਓ. ਯਗੇਸ਼ ਰੌਲੀ ਦਾ ਰਾਤ ਐਕਸੀਡੈਂਟ ਹੋਣ ਨਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ, ਜਿਸ ਦੀ ਉਮਰ 22 ਸਾਲ ਹੈ ਕਿ ਅਤੇ ਉਹਨਾਂ ਨੇ ਦੱਸਿਆ ਹੈ ਕਿ ਜਿਸ ਦਾ ਸੰਸਕਾਰ ਅੱਜ ਦੁਪਹਿਰ ਕਰੀਬ 1 ਵਜੇ ਪੱਤੀ ਰਾਵਲ ਕੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਅਤੇ ਜਦੋਂ ਉਹਨਾਂ ਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੇਰਾ ਪੁੱਤਰ, ਜੋ ਕਿ ਹਿਮਾਚਲ ਵਿੱਚ ਮਾਤਾ ਚਿੰਤਪੁਰਨੀ ਵਿਖੇ ਇੱਕ ਮਨਿਆਰੀ ਦੀ ਸ਼ੋਪ ਤੇ ਕੰਮ ਕਰਦਾ ਸੀ, ਅਤੇ ਉਹਨਾਂ ਨੇ ਦੱਸਿਆ ਕਿ ਉਹ 3 ਮਹੀਨੇ ਬਾਅਦ ਕੱਲ ਵਾਪਸ ਆਪਣੇ ਪਿੰਡ ਰੁੜਕਾ ਕਲਾਂ ਵਿਖੇ ਆਪਣੀ ਭੈਣਾਂ ਦੇ ਕੋਲੋਂ ਰੱਖੜੀ ਬਣਾਉਣ ਲਈ ਆਇਆ, ਜਿਸ ਦਾ ਐਕਸੀਡੈਂਟ ਰੁੜਕਾ ਕਲਾਂ ਵਿਖੇ ਹੋ ਗਿਆ। ਅਤੇ ਦੱਸਿਆ ਕਿ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਾਰਨ ਮੋਟਰਸਾਈਕਲ ਸਲਿਪ ਹੋ ਕੇ ਦੀਵਾਰ ਵਿੱਚ ਜਾ ਟਕਰਾਇਆ, ਅਤੇ ਜਿਸ ਨਾਲ ਉਹ ਹੇਠਾਂ ਗਿਰ ਗਿਆ ਤੇ ਉਸਦੇ ਕਾਫੀ ਸੱਟਾਂ ਲੱਗ ਗਈਆਂ। ਅਤੇ ਸੱਟਾਂ ਲੱਗਣ ਤੋਂ ਬਾਅਦ ਉਸਨੂੰ ਐਂਬੂਲੈਂਸ ਵਿੱਚ BMC ਲੁਧਿਆਣਾ ਵਿਖੇ ਲੈ ਗਏ, ਅਤੇ ਡਾਕਟਰਾਂ ਨੇ ਉਹਨਾਂ ਨੂੰ PGI ਰੈਫਰ ਕਰਨ ਲਈ ਕਹਿ ਦਿੱਤਾ। PGI ਲਈ ਜਾਂਦੇ ਲਿਜਾਂਦੇ ਉਸਦੀ ਡੈਥ ਹੋ ਗਈ। ਅਤੇ ਦੂਜੇ ਪਾਸੇ ਨਗਰ ਵਾਸੀਆਂ ਨੇ ਕਿਹਾ ਕਿ ਵਾਹਿਗੁਰੂ ਜੀ ਵਿਛੜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਗੁਰਾਇਆ ਰਾਜਕੁਮਾਰ ਨੰਗਲ ਦੇ ਨਾਲ ਰਮਨ ਮਾਹੀ ਦੀ ਖਾਸ ਰਿਪੋਰਟ। ਰਾਊਂਡ ਮਾਰਨ ਗਿਆ ਬਾਈ, ਉਹਦਾ ਮੋਟਰਸਾਈਕਲ ਥੋੜਾ ਤੇਜ਼ ਹੋਣ ਕਾਰਨ ਸਲਿਪ ਹੋ ਗਿਆ, ਉਹਦਾ ਐਕਸੀਡੈਂਟ ਹੋ ਗਿਆ। ਸੋ ਸਤੰਤਰ ਜ਼ਿਆਦਾ ਵੱਜਣ ਕਾਰਨ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀ। PGI ਤੱਕ ਬਹੁਤ ਜ਼ੋਰ ਲਾਇਆ ਅਸੀਂ, ਫਗਵਾੜੇ ਸਿਵਲ ਵੀ ਲੈ ਕੇ ਗਏ, ਜਰਾਵਰ ਹੋਸਪਿਟਲ ਵੀ ਲੈ ਕੇ ਗਏ, ਉੱਥੋਂ DMC ਰੈਫਰ ਕੀਤਾ, DMC ਤੋਂ ਵੀ PGI ਵੀ ਲੈ ਕੇ ਗਏ ਬਾਅਦ ਵਿੱਚ, ਪਰ ਅਸੀਂ ਸਾਰੀ ਉਮਰ ਸਾਨੂੰ ਘਾਟਾ ਰਹੂਗਾ, ਅਸੀਂ ਉਹਨੂੰ ਬਚਾ ਨਹੀਂ ਸਕੇ। ਸੋ ਬਸ ਇਹ ਬਹੁਤ ਦੁੱਖ ਦੀ ਗੱਲ ਹੈ ਜੀ, ਜਿਹੜਾ ਸਾਡੇ ਨਾਲ ਭਾਣਾ ਵਰਤਿਆ। ਕੀ ਨਾਮ ਸੀਗਾ ਜੀ ਉਹਦੇ ਫਾਦਰ ਸਾਹਿਬ ਦਾ, ਕੀ ਨਾਮ ਸੀ ਅਤੇ ਉਹਨਾਂ ਦਾ ਕੀ ਨਾਮ ਸੀ? ਬਾਬਾ ਦਾ ਨਾਮ ਯੋਗੇਸ਼ ਕੁਮਾਰ ਰੌਲੀ ਜੀ, ਉਹਦਾ ਗੌਰਵ ਰੌਲੀ ਸੀਗਾ, ਅਤੇ ਬਾਕੀ ਜੀ ਰੁੜਕਾ ਕਲਾਂ ਦੇ ਰਹਿਣਾ ਪਾਣੀ। ਕੀ ਕੰਮ ਕਾਰ ਕਰਦਾ ਸੀਗਾ ਜੀ? ਕੰਮ ਕਾਰ ਜੀ ਉਹ ਤਾਂ ਦੁਕਾਨਾਂ ਅਸੀਂ ਲਾਉਂਦੇ ਸੀਗੇ, ਜਿੱਦਾਂ ਚਿੰਤਪੁਰਨੀ ਪਹਿਲਾਂ ਬਾਬੇ ਬਾਲਕਨਾਥ ਲਈਆਂ ਹੋਈਆਂ ਸੀਗੀਆਂ ਦੁਕਾਨਾਂ, ਉੱਥੇ ਕੰਮ ਕਰਦਾ ਸੀ। ਹੁਣ ਉੱਥੋਂ ਬਾਅਦ ਚਿੰਤਪੁਰਨੀ ਮੇਲਾ ਲਾ ਕੇ ਅਤੇ ਰੱਖੜੀ ਬਣਾਉਂਦੇ ਰਹੇ ਆਪਣੀਆਂ ਭੈਣਾਂ ਦੇ ਕੋਲ ਆਇਆ ਸੀਗਾ। ਕਿੰਨੇ ਕੁ ਵਜੇ ਦੀ ਵਾਰ ਦੱਸਿਆ? ਇਹ ਸ਼ਾਮ 7:30-7:30 ਵਜੇ ਦੇ ਕਰੀਬ ਘਟਨਾ ਵਾਪਰੀ, ਉਦੋਂ ਬਾਅਦ ਫੋਨ ਆਇਆ ਸਾਨੂੰ ਤਾਂ ਅਸੀਂ ਹੋਸਪਿਟਲ ਦੇ ਵਿੱਚ ਜਾ ਕੇ ਉਹਨੂੰ ਦੇਖਿਆ, ਅਤੇ ਉੱਥੋਂ ਅਸੀਂ ਉਹਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਸੀਗੇ। CC ਫੁਟੇਜ ਵਗੈਰਾ ਵੀ ਆਈ ਹੋਗੀ ਕੈਮਰੇ ਵਿੱਚ ਵੀ? ਨਹੀਂ ਸਰ, CCTV ਕੈਮਰੇ ਥੋੜ੍ਹੇ ਦੂਰ ਆ ਅਤੇ ਅਜੇ ਤੱਕ ਚੈੱਕ ਨਹੀਂ ਕੀਤੇ, ਚੈੱਕ ਕਰਾਂਗੇ 1-2 ਦਿਨ ਤੱਕ। ਵੈਸੇ ਰੂਟ ਤਾਂ ਹੈ ਨਹੀਂ, ਕਿਉਂਕਿ ਸਾਨੂੰ ਉੱਥੇ ਦੇ ਮੌਜੂਦਾ ਲੋਕਾਂ ਨੇ ਦੱਸਤਾ ਸੀਗਾ ਵੀ ਮੋਟਰਸਾਈਕਲ ਤੇਜ਼ ਸੀ, ਥੋੜ੍ਹਾ ਜਦੋਂ ਉਹਨੇ ਬ੍ਰੇਕ ਮਾਰਿਆ ਸਲਿਪ ਹੋ ਗਿਆ, ਤਾਂ ਇਹਦੇ ਜਿਹੜਾ ਛਾਤੀ ਦਾ ਸੀ ਉਹ ਛਾਤੀ ਵਿਆਸ ਹੋਣ ਕਰਕੇ ਹਾਰਟ ਦਾ ਕੰਮ ਕਰਨਾ ਬੰਦ ਕਰ ਗਿਆ ਸੀ, ਨਹੀਂ ਕਿ ਆਕਸੀਜਨ ਸਲੋਅ ਹੋ ਗਈ ਸੀ।
ਬਾਕੀ ਪਲਸ ਉਹਦੀ ਸਹੀ ਸੀ, ਬੀ ਪੀ ਉਹਦਾ ਸਹੀ ਸੀਗਾ ਜਦੋਂ ਅਸੀਂ ਚੈੱਕ ਕਰਾਇਆ। ਬਸ ਉਹਦੀ ਇੱਕ ਆਕਸੀਜਨ ਥੋੜ੍ਹੀ ਜਿਹੀ ਲੋਅ ਹੋ ਗਈ ਸੀ, ਬਸ ਉਹ ਜਿਹਦੇ ਉਹ ਬਸ ਲੋਅ ਹੁੰਦੀ ਗਈ ਉਹ ਆਪਣੀ ਹੋਈ। ਤਕਰੀਬਨ ਜਿੱਥੇ ਵੀ ਗਏ ਹਾਂ ਸਾਨੂੰ ਉਹਨਾਂ ਨੇ ਇਹ ਸਜੈਸ਼ਨ ਕੀਤੀ ਹੈ, ਸਾਨੂੰ ਦੱਸਿਆ ਡਾਕਟਰ ਨੇ ਵੀ ਇਹ ਸਾਡੇ ਪਾਸੇ ਦੀ ਗੱਲ ਨਹੀਂ, ਇਹਨੂੰ ਕਿਤੇ ਹੋਰ ਲੈ ਜਾਓ। ਅਸੀਂ ਡੀ ਐਮ ਸੀ ਗਏ ਹਾਂ, ਡੀ ਐਮ ਸੀ ਵੀ ਸਾਡੇ ਨਾਲ ਪਹਿਲਾਂ ਉਹਨਾਂ ਨੇ ਸਾਨੂੰ ਬਹੁਤ ਵਧੀਆ ਟ੍ਰੀਟਮੈਂਟ ਉਹਦਾ ਕੀਤਾ, ਸਾਡੇ ਨਾਲ ਬਹੁਤ ਵਧੀਆ ਰਿਹਾ। ਬਸ ਵਿੱਚੋਂ ਸਾਨੂੰ ਦੱਸਿਆ ਕਿ ਵੀ ਨਹੀਂ ਇਹ ਸ਼ਾਇਦ ਇੱਕ ਉਮੀਦ ਆ, ਵੀ ਉਮੀਦ ਜਗਾਉਣੀ ਆ ਤਾਂ ਤੁਸੀਂ ਪੀ ਜੀ ਆਈ ਇਹਨੂੰ ਲੈ ਜਾਓ। ਫਿਰ ਅਸੀਂ ਉੱਥੋਂ ਪੀ ਜੀ ਆਈ ਲੈ ਗਏ ਹਾਂ। ਪੀ ਜੀ ਆਈ ਪਹੁੰਚਣ ਤੋਂ ਪਹਿਲਾਂ ਹੀ ਸ਼ਾਇਦ ਉਹ ਛੱਡ ਗਿਆ ਸੀ, ਸਾਡਾ ਸਾਥ ਛੱਡ ਗਿਆ ਸੀ। ਜਦੋਂ ਉੱਥੇ ਜਾ ਕੇ ਅੱਧਾ ਘੰਟਾ ਪੀ ਜੀ ਆਈ ਦੇ ਹੋਸਪਿਟਲ ਦੇ ਵਿੱਚ ਡਾਕਟਰਾਂ ਨੇ ਸਾਨੂੰ ਐਂਬੂਲੈਂਸ ਦੇ ਵਿੱਚੋਂ ਉੱਤਰ ਨਹੀਂ ਦਿੱਤਾ, ਉਹ ਡਾਕਟਰ ਉੱਥੇ ਆਪ ਚੱਲ ਕੇ ਆਏ ਸੀ ਅਤੇ ਉਹਨਾਂ ਨੇ ਸਾਡੇ ਮੁੰਡੇ ਉੱਥੇ ਪਹਿਲਾਂ ਟ੍ਰੀਟਮੈਂਟ ਕੀਤਾ, ਪੂਰੀ ਚੈੱਕਅਪ ਕੀਤਾ ਉਹਦਾ। ਉਸ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਵੀ ਇਹਨੂੰ ਅੰਦਰ ਲੈ ਕੇ, ਅੰਦਰ ਆਕਸੀਜਨ ਲੱਗੀ ਗਈ, ਫਿਰ ਉਹਦੀ ਹਾਰਟ ਰੇਟ ਜੇ ਉਹ ਕਰੰਟ ਲਾ ਕੇ ਦੇਖਦੇ ਆ, ਉਹ ਲਾ ਕੇ ਉਹਨੂੰ ਦੇਖਿਆ ਗਿਆ ਵੀ ਕਿਤੇ ਮਾੜੀ ਮੋਟੀ ਵੀ ਜੇ ਕਿਤੇ ਮੂਵਮੈਂਟ ਕਰਦਾ ਹੈ ਤਾਂ ਹੋ ਸਕਦਾ ਵੀ ਉਹ ਡਾਕਟਰ ਉਹਨੂੰ ਬਚਾ ਸਕਦੇ ਸੀ। ਪਰ ਉਹਨਾਂ ਨੇ ਪੂਰਾ ਜੋ ਵੀ ਉਹਨਾਂ ਦੇ ਸਿਕਾ ਜ਼ੋਰ ਲਾਇਆ, ਪਰ ਉਹਦੀ ਵਾਹਿਗੁਰੂ ਦਾ ਭਾਣਾ ਮੰਨਣਾ ਪੈਣਾ ਜੀ। ਕਿੰਨੇ ਭੈਣ ਭਰਾ ਸੀਗੇ ਜੀ? ਦੋ ਭੈਣਾਂ ਅਤੇ ਦੋ ਭਰਾ ਸੀਗੇ ਭਾਅ ਜੀ। ਇੱਕ ਟਵਿੰਸ ਹੈ ਜੁੜਿਆ ਜੀ, ਇਹ ਟਵਿੰਸ ਸੀਗਾ ਜੀ, ਇੱਕ ਉਹਦੀ ਨਾਲ ਭੈਣ ਹੈ। ਗਾਰੀ ਆਈ ਸਾਰਿਆਂ ਨਾਲੋਂ ਵੱਡਾ ਸੀਗਾ ਜੀ, ਛੋਟਾ ਸੀਗਾ ਜੀ? ਗਬਲਾ ਗਾਰੀ